जी का खालसा, वाहेगुरु जी की फतेह। दसा पातशाहियां दी हाजरा हजूर प्रतख जोत, गुरबाणी सतगुरु श्री गुरु ग्रंथ साहिब सच्चे पातशाह जी दी पावन हजूरी का आनंद माणते हुए इन्हां घड़ियां नूं आप जी सफलियां बना रहे हो। आओ रल मिल के सतगुरां दी पावन अमृतमई कथा दी सांझ पाईए। इतिहास दी पावन चल रही कथा दे विचों आप जी ने सरवण कीता सी, गुरु बाबा जी दे पास बैठे भाई मूला, तरले करदा है मिन्नता करदा है पातशाह कृपा करके मैनू मेरे नगर पहुँचा दिओ। जे मैं तुर के गया ते भाणा वापर जाना है, गुरु पातशाह जी मुस्करा के आखन लगे, तू ते आखदा सी मरना सच ते जिउणा झूठ। अज जदों अपने ते आण बणी, हुण कल्प दा रोंदा तड़प दा मोह क्यों है? वो बार 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 सतगुरां दे चरण फड़ के तरले करदा है। गुरु साहब आखन लगे अखां बंद करके वाहिगुरु आख, मूड़े ने सतगुरां दा बचन मन्निया, अखां बंद कीतियां, वाहिगुरु आखिया, जद अख खोली अपने पिंड सियालकोट है। बस कुछ घड़ियां दा समां ही बाकी सी, पत्नी चिता ते बैठण नूं तैयार है। जद परिवार ने मूड़े नूं जिउंदा वेखिया, ए शोक दी लहर जशन विच बदल गई। उसे दिन तो घरे रहना शुरू किया, बाहर आउण जाना बंद कर दिता। मोह माया दी लगन विच ऐसा रंगिया गया, हुण गुरु नानक साहिब महाराज चेते नहीं आउंदे। जे सतगुरु सच्चे पातशाह दे सन्मुख बेनती करके आखदा महाराज मेरी पत्नी नूं बचा लो मरे ना, फिर गल होर होनी सी। पर उह कहिंदा महाराज मैनू एक पल विच भेज दिओ, मेरी पत्नी ने मर जाणा मेरी याद विच। पर मूला मोह चो निकलिया ते मोह च ही फस गया। इह तों अगली कथा दे विच जिक्र करदे ने पीर जलाल, गुरु नानक साहिब महाराज तों आग्या लैके अपने मुरीदां नूं इह कह के चले गया वी जदों तक वापस मक्के तों मैं ना आवां, उदों तक इन्हां महापुरखां दी सेवा तुसीं इत्थे ही करनी। इन्हां सारे प्रकरणां नूं आप जी ने बड़े विस्थार सहित सरवण कीता है। आओ मन बिरतियां नूं एकाग्र चित करिए, प्रेम दी पाओ सांझ, आसीस बख्शो, गज बज के आखो जी सतनाम श्री वाहिगुरु साहिब जी, सतनाम श्री वाहिगुरु साहिब जी। दोहरा गयो तहां बिन बिलमते, जै सागर को तीर, एक जहाज आयो तब है चढ़ बैठियो बिक पीर। दीना बंधु गुरु नानक साहिब,
ਬਹਾਵਲਪੁਰ ਮੁਲਤਾਨੀ ਪੀਰਾਂ ਦੇ ਆਸ਼ਰਮ ਵਿੱਚ ਬੈਠੇ ਨੇ। ਸੱਜਦ ਪੀਰ ਜਲਾਲ ਜੀ ਸਤਿਗੁਰਾਂ ਦੇ ਬਚਨਾਂ ਨੂੰ ਮੰਨ ਕੇ ਗੁਰਮੁਖ ਸ਼ਬਦ ਦੇ ਮਾਇਨੇ ਲੈਣ ਵਾਸਤੇ ਮੱਕੇ ਨੂੰ ਜਾ ਰਹੇ ਨੇ। ਪਹਿਲਾਂ ਤੇ ਤੁਰ ਕੇ ਗਏ, ਸਮੁੰਦਰ ਦੀ ਬੰਦਰਗਾਹ 'ਤੇ ਆਏ ਨੇ। ਇੱਕ ਦੋ ਦਿਨਾਂ ਦੀ ਉਡੀਕ ਤੋਂ ਬਾਅਦ ਇੱਕ ਜਹਾਜ਼ ਮਿਲਿਆ ਜਿਸ ਵਿੱਚ ਸੈਂਕੜੇ ਮੁਸਾਫਰ ਸਵਾਰ ਸਨ। ਅੱਲਾ ਦਾ ਸ਼ੁਕਰ ਕੀਤਾ। ਦੇਰ ਸਵੇਰ ਇਹ ਜਹਾਜ਼ ਪਾਣੀ ਦੇ ਵਹਾਵ ਵਿੱਚ ਠੱਲਿਆ ਗਿਆ। ਹੁਣ ਜਿਸ ਵੇਲੇ ਜਹਾਜ਼ ਚੱਲਿਆ ਤਾਂ ਪੀਰ ਆਪਣੇ ਮੌਲਾਂ ਨੂੰ ਚੇਤੇ ਕਰਦਾ, ਵਾਟ ਬੜੀ ਲੰਮੀ ਹੈ, ਪਤਾ ਨਹੀਂ ਕਦ ਪਹੁੰਚਣਾ ਹੈ, ਕਦ ਵਾਪਸ ਆਉਣਾ। ਮਨ ਵਿੱਚ ਫੁਰਨਾ ਚੱਲਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਸੀ ਤੈਨੂੰ ਮਾਇਨੇ 'ਤੇ ਜਵਾਬ ਮੱਕੇ 'ਚ ਮਿਲੇਗਾ। ਉਸੇ ਜਵਾਬ ਦੀ ਖੋਜ ਵਾਸਤੇ ਪੀਰ ਜੀ ਚੱਲੇ ਨੇ, ਪਰ ਪੀਰ ਦਾ ਮੁਰੀਦ ਜਿਹੜਾ ਸਿੰਧੀ ਸੀ ਉਹਨੂੰ ਇੰਨੇ 'ਚ ਹੀ ਉਪਦੇਸ਼ ਮਿਲ ਗਿਆ ਵੀ ਚਾਬੀ ਤੋਂ ਬਗੈਰ ਤਾਲਾ ਨਹੀਂ ਖੁੱਲ੍ਹਦਾ। ਪਰ ਪੀਰ ਵੀ ਇਹ ਸੁਣ ਕੇ ਹਟਿਆ, ਪਰ ਉਹਦਾ ਯਕੀਨ ਨਹੀਂ ਵੱਜਾ, ਕਿਉਂਕਿ ਉਹ ਕਰਾਮਾਤ ਵੇਖਣੀ ਚਾਹੁੰਦਾ, ਉਹ ਰੱਬ ਨੂੰ ਪ੍ਰਤੱਖ ਦੇਖਣਾ ਚਾਹੁੰਦਾ। ਇਸੇ ਭਰਮ ਦੇ ਵਿੱਚ ਪੀਰ ਜਹਾਜ਼ ਚੜ੍ਹ ਗਿਆ, ਬੜੀ ਦੂਰ ਚਲੇ ਗਿਆ ਮੱਕੇ ਦੀ ਦਿਸ਼ਾ ਨੂੰ। ਕਹਿੰਦੇ ਜਹਾਜ਼ ਕਈ ਹਫ਼ਤੇ ਕਈ ਦਿਨ ਸਮੁੰਦਰ ਵਿੱਚ ਚੱਲਦਾ ਰਿਹਾ। ਚੋਪਈ ਚੱਲਿਓ ਜਹਾਜ਼ ਸੋ ਉਦਦ ਮਜਾਰੀ, ਲੱਗਿਓ ਜਾਈ ਗਿਰ ਈਖ ਕਿਨਾਰੀ। ਕੁਛ ਹਫ਼ਤਿਆਂ ਤੋਂ ਬਾਅਦ ਜਦੋਂ ਇਹ ਜਹਾਜ਼ ਇੱਕ ਟਾਪੂ ਦੇ ਨੇੜੇ ਆਉਣ ਲੱਗਾ, ਮੁਸਾਫਰਾਂ ਨੇ ਪਹਾੜ ਵੇਖੇ, ਕਹਿੰਦੇ ਖੁਸ਼ੀ ਦੀ ਲਹਿਰ ਜਾ ਰਹੀ। ਕਈ ਦਿਨ ਪਾਣੀ ਹੀ ਪਾਣੀ ਸੀ ਆਸੇ ਪਾਸੇ, ਅਚਨਚੇਤ ਨਜ਼ਰ ਪਈ ਆ ਉੱਚੇ ਉੱਚੇ ਪਰਬਤਾਂ ਪਹਾੜਾਂ ਦੀ ਸ਼੍ਰਿੰਖਲਾ 'ਤੇ ਹਰਿਆ ਭਰਿਆ ਜੰਗਲ ਲੱਗਿਆ। ਕਹਿੰਦੇ ਸੁਭਾਵਕ ਹੀ ਉਸ ਜਹਾਜ਼ ਦੇ ਮਲਾਹ ਨੇ ਜਹਾਜ਼ ਨੂੰ ਇਸ ਟਾਪੂ 'ਤੇ ਲਾ, ਜਿਸ ਟਾਪੂ 'ਤੇ ਬੜੇ ਵੱਡੇ ਪਰਬਤ ਨੇ, ਪਹਾੜ ਹਨ, ਸੰਘਣੇ ਜੰਗਲ ਹਨ, ਪਰ ਰੱਬ ਨੇ ਇਸ ਟਾਪੂ 'ਤੇ ਕੋਈ ਮਨੁੱਖ ਨਹੀਂ ਸੀ ਰਹਿੰਦਾ, ਇੱਥੇ ਬੰਦੇ ਨਹੀਂ ਸੀ ਵੱਸਦੇ। ਗੁਰੂ ਨਾਨਕ ਸਾਹਿਬ ਮਹਾਰਾਜ ਇਹ ਸਭ ਦ੍ਰਿਸ਼ ਬੈਠੇ ਵੇਖ ਰਹੇ ਨੇ। ਪੀਰ ਜਲਾਲ ਮਨ ਹੀ ਮਨ ਸੋਚਦਾ ਜੇ ਕੁਝ ਦਿਨ ਜਹਾਜ਼ ਇੱਥੇ ਰੁਕ ਜਾਵੇ ਨਾ, ਇੱਥੇ ਆਨੰਦ ਬਹੁਤ ਆਏ, ਥਾਂ ਬੜੀ ਸੋਹਣੀ ਹੈ, ਸੁਹਾਵਣੀ ਹੈ। ਅਕਸਰ ਮਨੁੱਖ ਦੁਨੀਆਂ ਦੇ ਭੀੜ ਭੜੱਕੇ ਤੋਂ ਬਚਦਾ ਹੋਇਆ ਸ਼ਾਂਤ ਥਾਵਾਂ ਨੂੰ ਦੂਰ ਦੂਰ ਜਾ ਕੇ ਪਹਾੜਾਂ 'ਚ ਲੱਭਦਾ, ਅਤੇ ਪੀਰ ਜੀ ਤਾਂ ਫਿਰ ਬੰਦਗੀ ਵਾਲੇ ਸੀ। ਜਹਾਜ਼ ਰੋਕਿਆ ਗਿਆ ਬੀਚ ਦੇ ਕਿਨਾਰੇ 'ਤੇ, ਪੀਰ ਦੇ ਸਮੇਤ ਸਾਰੇ ਦੇ ਸਾਰੇ ਮੁਸਾਫਰ ਉਤਰੇ ਨੇ, ਬੜੇ ਖੁਸ਼। ਇੱਦਾਂ ਲੱਗਦਾ ਕੋਈ ਧਰਤੀ ਹੋਰ ਹੀ ਆ ਗਈ, ਹੋਰ ਹੀ ਤਰ੍ਹਾਂ ਦੇ ਦਰਖਤ ਨੇ, ਨਾਰੀਅਲ ਦੇ ਰੁੱਖ ਲੱਗੇ ਨੇ ਸਾਹਮਣੇ। ਵੇਖ ਵੇਖ ਮਨ ਲਲਚਾਉਂਦਾ, ਇੱਥੇ ਪਾਣੀ ਪੀਵਾਂਗੇ। ਉਤਰਿਓ ਤਬ ਜਹਾਜ਼ ਤੀ ਗਇਓ, ਗਿਰ ਦੇਖਣ ਕੇ ਤਿਹੁਲ ਸਯੋ। ਲੋਕ ਥੱਕੇ ਟੁੱਟੇ ਸੀ, ਲੋਕਾਂ ਨੇ ਜਹਾਜ਼ ਤੋਂ ਉਤਰ ਕੇ ਆਰਾਮ ਕਰਨਾ ਚਾਹਿਆ, ਪਰ ਪੀਰ ਨੂੰ ਥਕਾਵਟ ਨਹੀਂ ਸੀ, ਰੱਬ ਨਾਲ ਜੁੜਿਆ। ਜਹਾਜ਼ 'ਚ ਉਤਰਿਆ, ਮਨ ਵਿੱਚ ਖਿਆਲ ਆਇਆ, ਮਨਾ ਕਿਉਂ ਨਾ ਇਹਨਾਂ ਪਹਾੜਾਂ ਪਰਬਤਾਂ 'ਤੇ ਘੁੰਮਿਆ ਜਾਵੇ, ਸੈਰ ਕੀਤੀ ਜਾਏ, ਸੈਰ ਕਰੀ। ਤੁਰ ਪਿਆ, ਪਰ ਸਾਰੇ ਲੋਕ ਵੇਖਦੇ ਆ ਵੀ ਪੀਰ ਇਕੱਲਾ ਹੀ ਤੁਰਿਆ ਜਾਂਦਾ, ਪਰ ਪਹਿਚਾਣ ਹੈ ਜਹਾਜ਼ ਦੇ ਮੁਸਾਫਰਾਂ ਨੂੰ ਵੀ ਇੱਕ ਨੀਲੇ ਚੋਲੇ ਵਾਲਾ ਪੀਰ ਵੀ ਸਾਡੇ ਨਾਲ ਆਇਆ ਅਤੇ ਜਾਣ ਵੇਲੇ ਵੀ ਨਾਲ ਹੀ ਹੋਏਗਾ। ਪਰ ਪੀਰ ਨੇ ਕਿਸੇ ਦੀ ਪਰਵਾਹ ਨਾ ਕੀਤੀ, ਨਾ ਕਿਸੇ ਦਾ ਹਾਲ ਪੁੱਛਿਆ, ਨਾ ਕਿਸੇ ਨੂੰ ਨਾਲ ਲਿਆ, ਚੁੱਪ ਚ ਪੀਤਾ। ਇਸ ਦੀਪ ਦੇ ਉੱਤੇ ਜੇ ਪਹਾੜ ਬਣੇ ਨੇ ਉਹਨਾਂ 'ਤੇ ਚੜ੍ਹਨ ਲੱਗ ਪਿਆ।
ਕਹਿੰਦੇ ਜਿਉਂ ਜਿਉਂ ਅੱਗੇ ਜਾਂਦਾ ਹੈ ਸੋਹਣੇ ਸੋਹਣੇ ਜੰਗਲ ਸੋਹਣੇ ਜਿਹੇ ਘਾਟ ਤੇ ਸੋਹਣੀਆਂ ਪਹਾੜੀਆਂ ਹਨ ਅਤ ਸੁੰਦਰ ਮੰਦਰ ਬਹੁਤ ਦਿਖੇ ਜਿਨ ਮੇਂ ਸੇਜਾ ਰੁਚਰ ਬਸਿਖੇ ਬਾਕੀ ਦੇ ਬਾਕੀ ਲੋਕ ਜਿੰਨੇ ਸੀ ਉਹ ਤੇ ਜਿੱਥੇ ਜਹਾਜ਼ ਰੁਕਿਆ ਰੇਤ ਦੇ ਕਿਨਾਰੇ ਬੀਚ ਤੇ ਰਹਿ ਗਏ ਕਿਉਂਕਿ ਸਫ਼ਰ ਕਰਕੇ ਉਹ ਡਰਦੇ ਨੇ ਕਿਤੇ ਇੱਧਰ ਉੱਧਰ ਨਾ ਹੋ ਜਾਵੇ ਪਰ ਪੀਰ ਬੇਪਰਵਾਹ ਸੀ ਕਹਿੰਦੇ ਪਰਬਤਾਂ ਤੇ ਪਹਾੜਾਂ ਤੇ ਚੜਿਆ ਕੀ ਵੇਖਦਾ ਹੈ ਜੰਨਤ ਦੇ ਨਜ਼ਾਰੇ ਇਹਨਾਂ ਪਰਬਤਾਂ ਤੇ ਬੜੇ ਸੋਹਣੇ ਵਿਲਾ ਬਣੇ ਨੇ ਘਰ ਬਣੇ ਨੇ ਬੜੇ ਉੱਚੇ ਉੱਚੇ ਮਕਾਨ ਬਣਾਏ ਨੇ ਕਿਸੇ ਬੜੇ ਖੂਬਸੂਰਤ ਇੱਕ ਤੇ ਪਹਾੜਾਂ ਨੇ ਮਨ ਮੋਹਿਆ ਦੂਜਾ ਸੋਹਣਿਆਂ ਘਰਾਂ ਨੇ ਹਵਾਦਾਰ ਘਰ ਪਹਾੜਾਂ ਦੀ ਗੋਦ ਵਿੱਚ ਕਹਿੰਦੇ ਪੀਰ ਜੀ ਵੇਖਦੇ ਵੇਖਦੇ ਉਹਨਾਂ ਘਰਾਂ ਦੇ ਕੋਲ ਆ ਗਏ ਵਿਹੜੇ ਬੜੇ ਸੋਹਣੇ ਸ਼ਿੰਗਾਰੇ ਹੋਏ ਨੇ ਜਦ ਇੱਕ ਘਰ ਵਿੱਚ ਪ੍ਰਵੇਸ਼ ਕੀਤੇ ਵੇਖਿਆ ਬਣੀਆਂ ਸੋਹਣੀਆਂ ਸੇਜਾਂ ਵਿਛੀਆਂ ਨੇ ਸੋਹਣੇ ਆਸਣ ਲੱਗੇ ਨੇ ਮਾਨਵ ਕੋ ਨੈਣ ਦੇਖਿਓ ਤੇ ਹਿਵਾ ਚਿੱਤ ਮੇਂ ਅਤਿ ਚਕ੍ਰਿਤ ਹੈ ਰਹਿਵਾ ਹੁਣ ਜਦੋਂ ਪੀਰ ਜੀ ਨੇ ਉਹ ਘਰ ਵੇਖੇ ਕਹਿੰਦੇ ਮਨ ਇੱਕ ਵਾਰ ਤੇ ਡੋਲਿਆ ਵੀ ਧਰਤੀ ਤੇ ਸਵਰਗ ਤੇ ਇੱਥੇ ਹੈ ਚੰਨਤ ਤੇ ਇੱਥੇ ਹੈ ਪਰ ਹੈਰਾਨੀ ਇਸ ਗੱਲ ਦੀ ਹੋ ਰਹੀ ਸੀ ਵੀ ਘਰ ਬਣਾਏ ਕਿਸੇ ਮਨੁੱਖ ਦੇ ਲੱਗਦੇ ਆ ਮੈਨ ਮੇਡ ਨੇ ਪਰ ਬੰਦਾ ਤੇ ਕੋਈ ਵੱਸਦਾ ਇੰਨਿਆਂ ਘਰਾਂ ਦੇ ਵਿੱਚ ਇੱਕ ਵੀ ਪ੍ਰਾਣੀ ਇੱਕ ਵੀ ਮਨੁੱਖ ਨਜ਼ਰ ਨਹੀਂ ਆਇਆ ਬੀਆਬਾਨ ਤੇ ਹੈ ਪਰ ਇਹਨਾਂ ਘਰਾਂ ਦੇ ਵਿੱਚ ਵਿਛੀਆਂ ਚਾਦਰਾਂ ਬੜੀਆਂ ਸੋਹਣੀਆਂ ਜਵਿਆਜੀ ਵਿਛਾਈਆਂ ਹੋਣ ਕਿਸੇ ਨਾ ਘਰ ਦੇ ਅੱਗੇ ਕੋਈ ਬਾੜ ਹੈ ਨਾ ਕੋਈ ਦਰਵਾਜ਼ਾ ਹੈ ਨਾ ਕੋਈ ਤਾਲਾ ਲੱਕੜ ਦੇ ਬਣੇ ਹੋਏ ਘਰ ਬੜੇ ਸੋਹਣੇ ਇਹਨਾਂ ਘਰਾਂ ਦੀਆਂ ਬੈੱਡਾਂ ਦੀਆਂ ਸੇਜਾਂ ਤੇ ਫੁੱਲ ਵਿਛੇ ਹੋਏ ਖੁਸ਼ਬੂਦਾਰ ਕਿਤੇ ਪੀਰ ਜੀ ਦਾ ਮਨ ਹੋਇਆ ਗਿਆ ਮਨ 'ਚ ਖਿਆਲ ਆਵੇ ਜੇ ਅੱਜ ਦੀ ਰਾਤ ਕਿਤੇ ਇੱਥੇ ਸੌਣਾ ਇਹ ਕੀ ਹੈ ਰੱਬ ਦੀ ਬਣਾਈ ਮਾਇਆ ਜਿਹੜੇ ਪੀਰ ਭਗਤੀ ਕਰਦੇ ਧਰਤੀ ਤੇ ਭੁੰਜੇ ਬੋਰੀਆਂ ਤੇ ਸੌਂਦੇ ਸੀ ਨਾ ਅੱਜ ਸੇਜਾ ਦੇ ਖਿਆਲ ਆਉਣ ਲੱਗ ਗਏ ਵੀ ਇੱਕ ਰਾਤ ਇੱਥੇ ਗੁਜ਼ਾਰੀ ਜਾਏ ਆਪੋ ਸਤਨਾਮ ਕਿੰਨਾ ਸੁੱਖ ਹੋਏਗਾ ਕੈਸਾ ਨਜ਼ਾਰਾ ਹੋਏਗਾ ਪੀਰ ਜੀ ਦੇ ਮਨ ਵਿੱਚ ਇਹ ਖਾਬ ਆ ਰਹੇ ਨੇ ਕਹਿੰਦੇ ਖੜੇ ਵੇਖੀ ਜਾਂਦੇ ਆ ਇੱਕ ਘਰ ਚੋਂ ਨਿਕਲਦੇ ਦੂਜੇ ਘਰ ਚ ਆ ਜਾਂਦੇ ਆ ਉਹ ਘਰ ਉਹ ਤੋਂ ਵੀ ਸੋਹਣਾ ਸੁਭਾਵਿਕ ਹੈ ਕਦੇ ਕਸ਼ਮੀਰ ਦੀਆਂ ਵਾਦੀਆਂ 'ਚ ਜਾ ਕੇ LOC ਦੇ ਨੇੜੇ ਜਿਹੜੇ ਬਣੇ ਹੋਏ ਘਰ ਨੇ ਵੇਖੇ ਕਿੰਨੇ ਸੋਹਣੇ ਇੱਥੇ ਤਾਂ ਦੁਨੀਆਂ ਜਾਂਦੀ ਲੋਕ ਸ਼੍ਰੀਨਗਰ ਤੋਂ ਮੁੜ ਆਉਂਦੇ ਆ ਉਹ ਤੇ ਆਮ ਹੈ ਪਰ ਐਕਚੁਅਲ ਵਿੱਚ ਜਿਹੜਾ ਕਸ਼ਮੀਰ ਹੈ ਜਿੱਥੇ ਆਮ ਲੋਕਾਂ ਦੀ ਪਹੁੰਚ ਨਹੀਂ ਅੱਜ ਵੀ ਉੱਥੋਂ ਦੇ ਘਰ ਵੇਖ ਉੱਥੋਂ ਦੀਆਂ ਵਾਦੀਆਂ ਵੇਖ ਵੈਲੀਆਂ ਵੇਖ ਮਨ ਹੈਰਾਨ ਹੁੰਦਾ ਹੈ ਕਿ ਸਵਰਗ ਇਸ ਧਰਤੀ ਤੇ ਵੀ ਹੈ ਇੱਕ ਸਾਧੂ ਦਾ ਇੱਕ ਫਕੀਰ ਦਾ ਇੱਕ ਸੱਜਣ ਦਾ ਮਨ ਉਹਨਾਂ ਮਕਾਨਾਂ ਨੂੰ ਵੇਖ ਫਿਰਦਾ ਜਾਂਦਾ ਹੈ ਵੀ ਚਲੋ ਇੱਥੇ ਕਿਹੜਾ ਕੋਈ ਹੈ ਆਪਾਂ ਰਾਤ ਕੱਟ ਲਾਂਗੇ ਤੂੰ ਵਾਲੀ ਵਾਜ ਹੈ ਮਤਲਬ ਇਹ ਕਹਿ ਲਓ ਵੀ ਮੋਹ ਦੀ ਤੰਦ ਪੈਂਦੀ ਜਾਂਦੀ ਤੇ ਜਦੋਂ ਵਾਹਿਗੁਰੂ ਕਿਸੇ 'ਤੇ ਮੋਹ ਪਾਉਂਦਾ ਨਾ ਉਹਨੂੰ ਆਪਣੇ ਤੋਂ ਦੂਰ 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 ਕਰੀ ਜਾਂਦਾ ਜਿੰਨਾ ਬੰਦਾ ਮੋਹ ਵਿੱਚ ਧੱਸੀ ਜਾਏਗਾ ਫਸੀ ਜਾਏਗਾ ਉਹਨਾਂ ਰੱਬ ਤੋਂ ਦੂਰ ਹੁੰਦਾ ਜਾਏਗਾ ਤੇ ਜਿਹੜਾ ਰੱਬ ਦੇ ਕਰੀਬ ਆਊ ਪਰਵਾਹ ਕਰਨ ਹਟ ਦਿੰਦਾ ਲੋਕਾਂ ਉਹਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਗਮ ਨਹੀਂ ਕਿਸੇ ਦਾ ਫਿਕਰ ਨਹੀਂ ਨਿਸ਼ਚਿੰਤ ਰਹੀ ਬੜੀ ਦੇਰ ਤੱਕ ਪੀਰ ਬੈਠੇ ਉਡੀਕਦੇ ਰਹੇ ਜਲਾਲ ਵੀ ਜੇ ਕੋਈ ਇਹਨਾਂ ਘਰਾਂ ਦਾ ਮਾਲਕ ਆ ਵੀ ਮੈਂ ਮੁਹਰਤ ਲੈ ਕੇ ਪੁੱਛਾਂ ਵੀ ਅੱਜ ਦੀ ਰਾਤ ਕੱਟ ਸਕਦਾ ਪਰ ਕਹਿੰਦੇ ਸ਼ਾਮਾਂ ਹੋਣ ਵਾਲੀਆਂ ਨੇ ਅਜੇ ਤੱਕ ਕੋਈ ਵੀ ਆਇਆ ਨਾ ਕਰੇ ਵਿਚਾਰ ਭਿੱਖੂ ਪਰ ਦੁਖੋ ਤੁਹਾਨੂੰ ਲੱਗੀ ਹੋਵੇ ਅੰਤਾਂ ਦੀ ਭੁੱਖ ਬੈੱਡ ਤੁਹਾਡੇ ਤੇ ਕੋਈ ਗੁਲਾਬ ਦੀਆਂ ਪੱਤੀਆਂ ਵਿਛਾ ਦੇ ਵੀ ਸੌਂ ਜਾ ਆਦਮੀ ਨਹੀਂ ਢਿੱਡ ਭਰਿਆ ਹੋਵੇ ਤਸੱਲੀ ਨਾਲ ਬੰਦੇ ਨੇ ਖਾਣਾ ਖਾਧਾ ਹੋਵੇ
पेट की गल छो भूजे पैके भी नींद सुरखा की आई क्योंकि पेट भरे है। हम कई दिन का सफर तय किया, हल्का फुल्का भोजन छक रहे थे उस जहाज के कच्चा पक्का, रोटी नहीं सी खाती, बड़े दिन हो गए खाना नहीं सी मिले। मन ही मन सोचा फल भी लगे आ फुल पत्ते भी लगे, मना जे कि भोजन मिल जाता ना गल तो ता बनती हूँ। आपाब वाले हाँ जी भावे कनेडा चल जाइए भावे अमेरिका, जो मर्जी ऊट पटांग खाई जाए जो मर्जी, ये सच्ची गल है जी। जो तक दो रोटियां ना मिलन उदों तक गल नहीं बनती है। खुशा नाम जिन्ना मर्जी कोई कुछ खवा दे, किन्ने दिन खा लोगे बर्गर पीजे, दो दिन चार दिन छे दिन अठ दिन, कल तक चौल भिटोगे, एक दिन यही कहना भी यार रोटी लैके दे, ये तो शोशे हद ने आ भी। पर जब रोटी खा ली तसली उदो हूँ। जेडे साउथ के लोग ने उन्होंने भावे जो मर्जी दे चलो, पर जब तक कोई चावल या डोसा ना खाण तसली नहीं बन, उन्होंने तसली नहीं होती। खुराक है बंदे, बंदा जिस भोजन से लगे आ तो बगैर नहीं जी सकता। सोचते आ फल खा के रात का गुजारा नहीं होना, पत्ते खा के गल नहीं बन रही। काश इन्ने सोहने महलों में कितने पकवान भी चंगे होंगे। आप सफर से जाइए होटल से कर लिए फाइव स्टार होटल कर लो, रोटी नेड़े तेड़े ना हो गए तो चंगा नहीं लगता। वधिया कि लगता जिस वधिया खाना लग्जरी रूम हर तरह की सुविधा फैसिलिटी उ चंगा लगता। हुण पीर जी नूं पहाड़ां दे विच सोहणे मकान भी दिसगे, मकानां दा मालक भी कोई नहीं, पर खाण नूं भोजन नहीं दिसदा। कई दिनां दी भुख लगी है, कहिंदे रब्बा किते भोजन भेज दे मेरा, तेरा शुक्रिया अदा कर। रब नूं चेते करदे ने सिंध किनार आए सो बैठा, जानवर का खतरा है हम जिथे लैके जाते रहना पड़े। पर पीर जी ना गए, ये उस थान से बैठे आ, मन च की चलता है कि लोग तो चले गए तो कमले आ, आप सोने घर सोना इतें रह। कई बार ना बंदा सोहने कमर सोहने घर के चक्कर भूजे सोनो भी जाता है, बाकी दे बाकी मुसाफर एक थान जाके चले गए, शाम का वेला होने वाला कहते पीर जी बैठे आ समुद्र के पानी में पैर रख के थले आ गए खुश बड़े। वाह रब्बा कितना सोहना दृश्य है, ठंडा ठंडा पानी है, आले दुआले दीयां वादियां मन नूं भा रही ने पर भुख भी सता रही है। कई घंटे बैठे रहे, दोपहर तो बाद सूरज छिपण नेड़े आया होया, पर किते भुख नहीं दूर। अचरचे पीर जी नूं कुछ पत्तियां दी हलचल सुनी, पैरां दी आवाज आई भी जिवें कोई मनुख नेड़े तुरिया आउंदा है। एक जहाज डुबन बूडन लगा, रोर परयो तिस माही, पीर तीर बैस्यो सुनियो, बहुत लोक बिन लाही। जद पिछे मुड़ के देखिया कोई नजर ना आया, पर पैर चाल लगती सी कोई बंदा तुरिया फिरदा। अचनचेत पीर जी का ध्यान सामने वल पिया, कहिंदे अखां सामने एक जहाज आ गया, एक शिप आ गया, पर डुब रहे है। हुण जदों जहाज डुबदा है, कोई भी जहाज वड्डे तो वड्डा ते छोटे तो छोटा, वो डुबण लई समां लैंदा है एक घंटे तो वध समां, कोई तीन घंटे कोई चार घंटे कोई छे घंटे, कदे भी कोई शिप ते जहाज एक मिंट विच नहीं डुब जांदा। हौली हौली पानी भरी जाता है, हौली हौली दबी जाता है डुबी जाता है। कहते जब इस शिप के जहाज में छेद होया, पानी भरना शुरू हो गया, बिच बैठे लोगों ने हिसाब ला लिया भी आप पता नहीं बचते, टापू बहुत दूर है, जहाज दिसदा। कहते रोण दियां चीकण दियां तड़फण दियां आवाजा आउंदियां ने, बच्चे बजुर्ग ते नौजवान त
ਤਰਲੇ ਕਰਦਿਆ ਰੱਬ ਦੇ ਰੱਬਾ ਬਚਾ ਲੈ। ਉਦੋਂ ਕਿਹੜੇ ਕੋਸਟ ਗਾਰਡ ਸੀ, ਕਿਹੜੀ ਐਮਰਜੈਂਸੀ ਸਰਵਿਸ ਸੀ? ਜਿੰਨੀ ਮਰਜ਼ੀ ਅੱਜ ਵੀ ਐਮਰਜੈਂਸੀ ਹੋ ਜਾਏ, ਜਿਹਨੇ ਡੁੱਬਣਾ ਉਹਨੇ ਡੁੱਬਣਾ ਹੀ ਹੁੰਦਾ, ਸਤਿਨਾਮ ਕੋਈ ਨਹੀਂ ਬਚਾਉਂਦਾ। ਜਿਹਦੀ ਮੌਤ ਆ ਜਾਂਦਾ, 100 ਸਾਧਨ ਕੋਲ ਖੜੇ ਹੁੰਦੇ ਆ, ਨਹੀਂ ਕੋਈ ਬਚਾ ਸਕਦਾ। ਉਹ ਜਿਹਨੂੰ ਵਾਹਿਗੁਰੂ ਨੇ ਬਚਾਉਣਾ ਹੋਵੇ, ਉਹਦਾ ਇੱਕ ਛੋਟਾ ਜਿਹਾ ਬਹਾਨਾ ਬਣਦਾ ਉਹਦੇ। ਕਿੰਨੇ ਲੋਕ ਨੇ ਆਪਾਂ ਕਹਿੰਦੇ ਫਲਾਣਾ ਹੋਸਪਿਟਲ ਪਹੁੰਚ ਗਿਆ ਬਚ ਗਿਆ, ਕਿੰਨੇ ਹੋਸਪਿਟਲ ਜਾ ਕੇ ਵੀ ਨਹੀਂ ਬਚਦੇ। ਕੀ ਨਹੀਂ ਹੁੰਦਾ ਉੱਥੇ? ICU ਸਪੈਸ਼ਲ ICU ਸਭ ਕੁਝ ਹੈ, ਹਰ ਇੱਕ ਤਰ੍ਹਾਂ ਦਾ ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਪਰ ਬੜੇ ਲੋਕ ਧੜਕਣਾ ਰੁਕ ਬਹਿੰਦੇ, ਉੱਥੇ ਸਾਹ ਰੁਕ ਜਾਂਦੇ ਆ, ਡਾਕਟਰ ਕੋਲ ਖੜੇ ਹੁੰਦੇ ਆ, ਪਰ ਜਦੋਂ ਵਾਹਿਗੁਰੂ ਖਿੱਚ ਲਵੇ ਤੇ ਬਚਾਉਂਦਾ ਕੋਈ ਨਹੀਂ। ਤੇ ਜਦ ਉਹ ਬਚਾ ਦੇ, ਇੱਕ ਰਾਹ ਜਾਂਦਾ ਮੁਸਾਫਰ ਵੀ ਅਹਿਸਾਨ ਕਰ ਜਾਂਦਾ। ਪੀਰ ਬੈਠਾ ਜਦੋਂ ਜਹਾਜ਼ ਡੁੱਬਦਾ ਵੇਖੇ ਨਾ, ਬੱਚਿਆਂ ਦੀਆਂ ਸੁਣੀਆਂ ਆਵਾਜ਼ਾਂ, ਮਨ 'ਚ ਖਿਆਲ ਆਇਆ, ਕਹਿੰਦਾ ਰੱਬਾ ਇਹਨਾਂ ਨੇ ਕੀ ਗੁਨਾਹ ਕੀਤਾ, ਪਾਪ ਕਿਸੇ ਇੱਕ ਨੇ ਕੀਤਾ, ਦੋ ਨੇ ਕੀਤੇ ਹੋਣ। ਇਹ ਤੇ ਵਿਚਾਰੇ ਆਮ ਲੋਕ ਨੇ ਮੁਸਾਫਰ, ਇਹ ਡੁੱਬ ਰਹੇ ਨੇ। ਤਬੇ ਜਲਾਲ ਖੁਦਾਈ ਅਗਾਰੀ, ਹਾਟ ਬੰਦ ਕੇ ਬਿਨੈ ਉਚਾਰੀ। ਪੀਰ ਜਲਾਲ ਦੇ ਮਨ ਵਿੱਚ ਤਰਸ ਆਇਆ, ਕਿਉਂਕਿ ਜਹਾਜ਼ ਅੱਧਾ ਕੁ ਡੁੱਬ ਗਿਆ ਤੇ ਆਵਾਜ਼ਾਂ ਆਉਂਦੀਆਂ ਨੇ, ਬਚਾਓ ਬਚਾਓ ਬਚਾਓ, ਰੱਬਾ ਬਚਾ ਲੈ। ਤਰਲੇ ਤੜਫਣਾ, ਕਿਉਂਕਿ ਜਦੋਂ ਬੰਦਾ ਮਰਦਾ ਨਾ, ਉਦੋਂ ਉਹਦੇ ਤੜਫਣ ਤੇ ਰੋਣ ਦੀ ਆਵਾਜ਼ ਚੇਂਜ ਹੁੰਦੀ, ਬੜੇ ਦਰਦ ਭਰੀ ਹੁੰਦੀ, ਚੀਕਾਂ ਤੇ ਕੁਰਲਾਟਾਂ ਸੁਣਦੀਆਂ ਨੇ। ਪੀਰ ਜਲਾਲ ਦੇ ਮਨ ਵਿੱਚ ਆਇਆ ਤਰਸ। ਅੱਜ ਬੜੇ ਧਿਆਨ ਦੇ ਕੇ ਸੁਣਿਓ, ਅਰਦਾਸ ਕਿਹਨੂੰ ਕਹਿੰਦੇ, ਕਿਹਦੀ ਕਰਨੀ ਚਾਹੀਦੀ? ਪੀਰ ਜਲਾਲ ਦੇ ਮਨ 'ਚ ਤਰਸ ਆਇਓ, ਰੱਬਾ ਇਹਨਾਂ ਲੋਕਾਂ ਦਾ ਕੋਈ ਕਸੂਰ ਨਹੀਂ, ਕੀ ਗੁਨਾਹ ਸੀ ਇਹਨਾਂ ਵਿਚਾਰਿਆਂ ਦਾ, ਇਹ ਡੁੱਬ ਜਾਣਗੇ ਮਰ ਜਾਣਗੇ ਪਰਿਵਾਰਾਂ ਦੇ ਪਰਿਵਾਰ। ਤਰਸ ਦੇ ਆਧਾਰ 'ਤੇ ਉੱਠ ਕੇ ਹੱਥ ਜੋੜ ਕੇ ਖੜਾ ਹੋ ਗਿਆ, ਗਲ 'ਚ ਪਾ ਕੇ ਪੱਲਾ, ਕਹਿੰਦਾ ਹੇ ਖੁਦਾ ਮੌਲਾ ਫਜ਼ਲ ਕਰ, ਫਜ਼ਲ ਫਜ਼ਲ ਨਾ ਹੁੰਦਾ ਤਰਸ ਨਾ, ਫਜ਼ਲ ਕਰ, ਮੈਂ ਤੇਰੇ ਚਰਨਾਂ ਵਿੱਚ ਹੀ ਅਰਦਾਸ ਕਰਦਾ, ਡੁੱਬਦੇ ਲੋਕਾਂ ਨੂੰ ਬਚਾ ਲਿਆ, ਸਤਨਾਮ ਜਹਾਜ਼ ਨਾ ਡੁੱਬੇ। ਇੱਕ ਬੰਦਗੀ ਵਾਲੇ ਪੀਰ ਨੇ ਅਰਦਾਸ ਕੀਤੀ, ਅਰਦਾਸ ਕੋਈ ਭਾਵਨਾ ਨਾਲ ਕਰੇ ਅੱਜ ਵੀ ਪੂਰੀ ਹੁੰਦੀ ਹੈ। ਜਿਹੜੇ ਪੂਰਨ ਸਾਧੂ ਹੁੰਦੇ ਆ, ਅਸਲ ਸਾਧੂ ਦੀ ਨਿਸ਼ਾਨੀ ਕੀ ਹੈ? ਕਿਸੇ ਦੀ ਅਰਦਾਸ ਨਹੀਂ ਹੁੰਦੀ, ਪਰਖ ਲਿਓ ਵਧੇ ਜਾ ਕੇ। ਕਹਿਣਗੇ ਭਾਈ ਨਾਮਦਾਰ, ਗੁਰੂ ਗ੍ਰੰਥ ਸਾਹਿਬ ਅੱਗੇ ਗੱਲ ਪੱਲਾ ਪਾ ਕੇ ਅਰਦਾਸ ਕਰ, ਉਹਨਾਂ ਨੂੰ ਪਤਾ ਹੈ ਜਦ ਅਸੀਂ ਕਿਸੇ ਦੀ ਅਰਦਾਸ ਕਰਾਂਗੇ, ਆਗੜੇ ਅਗਲੇ ਦੇ ਔਗਣਾਂ ਦੇ ਅਸੀਂ ਜਾਮਨ ਬਣ ਰਹੇ ਹਾਂ, ਗਰੰਟਰ, ਗਰੰਟੀ ਹੈ ਸਾਡੀ। ਅਤੇ ਦੁਨਿਆਵੀ ਤੌਰ 'ਤੇ ਕੋਈ ਬੰਦਾ ਤੁਹਾਡੀ ਗਰੰਟੀ 'ਤੇ ਭਾਵੇਂ ਫੋਨ ਲੈ ਲਏ, ਗੱਡੀ ਲੈ ਲਏ, ਮਕਾਨ ਲੈ ਲਏ, ਜ਼ਮੀਨ ਲੈ ਲਏ, ਅਤੇ ਜੇ ਜਿਹਨੇ ਲਿਆ, ਜੇ ਉਹ ਪੈਸੇ ਨਾ ਭਰੇ ਫਿਰ ਕਿਹਨੂੰ ਚੁੱਕਦੇ ਆ ਜੀ? ਗਰੰਟਰ ਨੂੰ। ਜੇ ਕੋਈ ਕੈਦੀ ਜੇਲ੍ਹ 'ਚ ਬੈਠਾ ਹੈ, ਉਹ ਪਰੋਲ 'ਤੇ ਆਉਂਦਾ, ਉੱਥੇ ਜ਼ਮਾਨਤ ਭਰਨੀ ਪੈਂਦੀ ਹੈ, ਮੁਚਲਕਾ ਭਰਨਾ ਪੈਂਦਾ, ਕੋਈ ਥਾਣੇ 'ਚੋਂ ਆ ਰਿਹਾ, ਜ਼ਮਾਨਤ ਦੇਣੀ ਪੈਂਦੀ ਹੈ। ਜਿਹੜਾ ਆਇਆ ਉਹ ਭੱਜ ਜੇ, ਫਿਰ ਚੁੱਕਿਆ ਕੌਣ ਜਾਂਦਾ? ਜ਼ਮਾਨਤੀ ਆ। ਅਰਦਾਸ ਇੱਕ ਜਾਮਣੀ ਹੈ। ਗੁਰੂ ਕਲਗੀਧਰ ਜੀ ਦੀ ਕਥਾ ਦੇ ਵਿੱਚ ਵੀ ਆਪ ਜੀ ਨੇ ਸਰਵਣ ਕੀਤਾ ਸੀ। ਜਦੋਂ ਭਾਈ ਮਾਲਾ ਸਿੰਘ ਅਤੇ ਲਾਹੌਰਾ ਸਿੰਘ ਦਾ ਪ੍ਰਸੰਗ ਚੱਲਦਾ ਸੀ, ਉਹ ਕਹਿੰਦਾ ਸੀ ਸਿੱਖ ਸਿੱਖ ਖਾ ਖਾਏ ਕਹਿ, ਚਿੰਤਾ ਕਰੀਆ ਦੂਰ। ਅਤੇ ਗੁਰੂ ਕਲਗੀਧਰ ਪਾਤਸ਼ਾਹ ਚੁਬਾਰੇ 'ਤੇ ਪਏ ਸੀ, ਸਤਿਗੁਰੂ ਕੀ ਕਹਿੰਦੇ ਸੀ? ਕਹਿੰਦੇ ਮਤ ਭੁਲੇਖਾ ਰੱਖੀ ਵੀ ਗੁਰੂ ਕਿਤੇ ਨਾ ਤੇਰਾ ਜਾਮਨ ਬਣ ਜੂ। ਉਹ ਤਾਂ ਸੁਣਾਉਂਦਾ ਸੀ, ਮਰਦ ਸੁਣਦੇ ਆ, ਮੈਂ ਪੈਸੇ ਦੱਬ ਲਏ ਗੁਰੂ ਬਚਾਊ। ਸਤਿਗੁਰ ਕਹਿੰਦੇ ਉਸ ਦਰਗਾਹ ਦੇ ਵਿੱਚ ਲੇਖਾ ਹੋਣਾ, ਗੁਰੂ ਜਾਮਨ ਨਹੀਂ ਹੋਣਾ, ਸਤਨਾਮ, ਗੁਰੂ ਕੋਲ ਖੜ ਕੇ ਸਜ਼ਾ ਦਿਲਾਏਗਾ, ਕੋਲ ਖੜ ਕੇ ਗੁਰੂ ਨੂੰ ਜਾਮਨ ਬਣਾ, ਤੂੰ ਗੁਨਾਹ ਕੀਤਾ ਭੁਗਤਣਾ ਪੈਣਾ। ਹੁਣ ਪੀਰ ਜਲਾਲ ਉਹ ਹੱਥ ਜੋੜ ਰੱਬ ਅੱਗੇ ਦੁਆ ਕਰਨ ਲੱਗਾ ਏ, ਅਰਦਾਸ ਕਰਦਾ, ਰੱਬਾ ਇਹ ਜਹਾਜ਼ ਨਾ ਡੁੱਬੇ, ਡੁੱਬਦੇ ਨੂੰ ਬਚਾ ਲੈ। ਦੇਸ਼ ਵਿਦੇਸ਼ ਲੋਕ ਇਸ ਮਾਹੀ, ਸੁਤ ਬਨ ਤਜ
अरदास की कहता है सच्चे पातशाह हे रब मेरिया अल्लाह वाली खुदा मौला ये लोग बेचारे व्यापारी ने घर बार छड के आए ने कई दे बच्चे कई दे परिवार ने ये मर जाएंगे पिछे किन्ने रोणगे किन्ने जिंदे मर जाएंगे की रब नूं नहीं सी पता भी लोग मरन लगे ने एक पीर रबे की अरदास करता है रबा तरस कर तरस कर तरस कर ये भी सुबह बहुता पाप करने वाला बंदा जिहड़ा रब तो डरदा ही नहीं ना मैं अखी वेखे लोग जिहड़े उन्हां दीआं जामनियां गुरु अगे भर दे रहे मर जे ती कृपा कर दो उन्हां दे रोग हट गए करन वाले रगड़े गए आपो सतनाम भगती है नहीं सी बंदगी है नहीं सी अपनी सिमरन है नहीं सी क्योंकि जब तक तुहाडा नितनेम नहीं तुहाडी बंदगी नहीं तुहाडी भगती नहीं उदों तक तुहाडी अरदास तुहाडे ते ही खतरा है तुहाडे ते खतरा सिख दी ते इक्को ही अरदास है नानक नाम चढ़दी कला तेरे भावे सर्वत दा भला यही ते अरदास है तो वड्डी अरदास केड़ी है कि सारिआं दा भला होवे पर कोई व्यक्ति विशेष नूं आके महाराज आ टब्बर दा भला हो जाए साडे दा हो जाए फलाणे दा हो जाए इह अरदास नहीं है और अरदास की कीती है कहिंदा मरदे जहाज बचा लो ਇਹ ਲੋਕਾਂ ਦੀ ਜਾਨ ਬਚਾ ਲਓ ਇਹ ਡੁੱਬੇ ਨਾ ਮੈਨੂੰ ਇਹਨਾਂ ਤੇ ਤਰਸ ਆਉਂਦਾ ਹੈ ਇਹ ਰੋਂਦੇ ਕਰ ਲਾਉਂਦੇ ਨੇ ਰੱਬਾ ਇਹਨਾਂ ਤੇ ਕਹਿਰ ਨਾ ਕਰ ਯਾ ਖੁਦਾਏ ਕਿਉਂ ਇਹਨਾਂ ਡੁਬਾਵੇ ਸਨਬੰਦੀ ਸੰਗ ਸਭ ਮਰ ਜਾਵੇ ਯਾ ਖੁਦਾਏ ਹੇ ਰੱਬਾ ਕਿਉਂ ਡੁੱਬਣ ਲੱਗਾ ਹੈ ਤੇਰਾ ਇਹਨਾਂ ਨੇ ਕੀ ਵਿਗਾੜਿਆ ਉਹਨੇ ਉਲਾਂਭਾ ਦਿੱਤਾ ਹੈ ਹੁਣ ਇਹ ਉਲਾਂਭੇ 'ਚ ਕੀ ਹੈ ਵੀ ਰੱਬ ਗੁਨਾਹਗਾਰ ਹੈ ਇਹੀ ਆ ਨਾ ਵੀ ਰੱਬਾ ਤੂੰ ਚੰਗੇ ਭਲੇ ਪਰਿਵਾਰਾਂ ਨੂੰ ਡੋਬਣ ਲੱਗਾ ਤੇਰਾ ਕੀ ਵਿਗਾੜਿਆ ਇਹ ਗੱਲਾਂ ਜਾਣੇ ਅਣਜਾਣੇ ਬੰਦਾ ਬੜੀ ਵਾਰ ਰੱਬ ਨੂੰ ਕੋਸ ਕੇ ਕਹਿੰਦਾ ਨਹੀਂ ਕਹਿਣੀ ਤੂੰ ਅੰਤਰਜਾਮੀ ਪੁਰਖ ਪ੍ਰਧਾਨ ਹਰ ਵੇਲੇ ਸਭ ਕੁਝ ਜਾਣਦਾ ਤੇ ਸਭ ਕੁਝ ਸੁਣਦਾ ਤੇ ਵੀਰ ਨੇ ਰੱਬ ਨੂੰ ਕਹਿ ਦਿੱਤਾ ਸੱਚੇ ਪਾਤਸ਼ਾਹ ਤੂੰ ਬਚਾ ਲੈ ਤੂੰ ਰੱਖਣ ਵਾਲਾ ਏ ਇਹਨਾਂ ਦੇ ਔਗਣ ਨਾ ਵੇਖ ਗੁਨਾਹ ਨਾ ਵੇਖ ਨਾ ਮਾਰ ਇਹਨਾਂ ਨੂੰ ਇਹਨਾਂ ਦੇ ਰਿਸ਼ਤੇਦਾਰ ਸਾਧ ਸੰਬੰਧੀ ਜਿਉਂਦੇ ਮਰ ਜਾਣਗੇ ਕਿਉਂਕਿ ਇਹਨਾਂ ਦੀ ਖਬਰ ਪਹੁੰਚਣੀ ਨਹੀਂ ਉਦੋਂ ਕਿਹੜੇ ਸਾਧਨ ਸੀ ਖਬਰਾਂ ਦੇ ਇੱਥੇ ਮਰ ਰੁਲ ਜਾਣੇ ਨੇ ਡੁੱਬ ਕੇ ਪਿੱਛੋਂ ਪਰਿਵਾਰ ਤੜਫ ਤੜਫ ਮਰ ਜਾਣਗੇ ਤਰਸ ਤਰਸ ਆ ਗਿਆ ਤਰਸ ਤਰਸ ਆ ਕਹਿੰਦੇ ਜਦੋਂ ਇਹ ਦੁਆ ਕੀਤੀ ਨਾ ਰੋ ਰੋ ਕੇ ਪੀਰ ਕਰੇ ਅਰਦਾਸਾਂ ਜਹਾਜ਼ ਵਿੱਚੋਂ ਆਉਂਦੀਆਂ ਦਰਦ ਭਰੀਆਂ ਆਵਾਜ਼ਾਂ ਇੱਕਦਮ ਬੰਦ ਹੋ ਗਈਆਂ ਐਸੀ ਜਬੈ ਪੀਰ ਨੇ ਕਹਿਓ ਡੂਬਨ ਤੇ ਜਹਾਜ਼ ਬਚ ਰਹਿਓ ਪੀਰ ਜੀ ਨੇ ਕਰਤੀ ਅਰਦਾਸ ਕਿਹਨਾਂ ਦੀ ਜਿਹਨਾਂ ਨੂੰ ਜਾਣਦਾ ਹੀ ਨਹੀਂ ਸੀ ਜਹਾਜ਼ ਡੁੱਬਦੇ ਇਹ ਨਹੀਂ ਸੀ ਪਤਾ ਜਹਾਜ਼ ਵਿੱਚ ਪੁੰਨੀ ਲੋਕ ਨੇ ਜਾਂ ਪਾਪੀ ਲੋਕ ਨੇ ਮਤਲਬ ਕੀ ਸੀ ਜਿਨ੍ਹਾਂ ਦੀ ਮੌਤ ਆਈ ਸੀ ਪੀਰ ਦੀ ਅਰਦਾਸ ਨੇ ਮੌਤ ਟਾਲ ਦਿੱਤੀ ਆਖੋ ਸਤਨਾਮ ਜਹਾਜ਼ ਡੁੱਬਣ ਤੋਂ ਬਚ ਗਿਆ ਆਵਾਜ਼ਾਂ ਬੰਦ ਹੋ ਠੱਲਣ ਲੱਗ ਪਿਆ ਜਹਾਜ਼ ਤੇ ਜਦੋਂ ਜਹਾਜ਼ ਚੱਲਿਆ ਤੇ ਪੀਰ ਖੁਸ਼ ਹੋਏ ਹਲਕਾ ਜਿਹਾ ਮਾਣ ਆਇਆ ਮੇਰੀ ਅਰਦਾਸ ਪੂਰੀ ਹੋ ਗਈ ਇਹ ਵੀ ਬਹੁਤ ਵੱਡਾ ਹੁੰਦਾ ਹੈ ਬੰਦਾ ਕਹਿੰਦਾ ਮੇਰੀ ਅਰਦਾਸ ਪੂਰੀ ਹੁੰਦੀ ਹੈ ਜੀ ਮੈਂ ਜੋ ਕਹਿੰਦਾ ਪੂਰਾ ਹੋ ਜਾਂਦਾ ਹੈ ਇਹ ਹੰਕਾਰ ਲੈ ਪੈਂਦਾ ਹੁਣ ਗੁਰਸਿੱਖਾਂ 'ਚ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਹੁੰਦਾ ਜਿਹੜੇ ਗੁਰੂ ਕੇ ਸਿੱਖ ਜਦ ਪੀਰ ਨੇ ਕੀਤੀ ਅਰਦਾਸ ਕਹਿੰਦੇ ਜਹਾਜ਼ 'ਚੋਂ ਕਿਲਕਾਰੀਆਂ ਵੱਜਣ ਖੁਸ਼ੀ ਦੀਆਂ ਵੀ ਸ਼ੁਕਰ ਹੈ ਜਹਾਜ਼ ਬਚਿਆ ਨੇੜੇ ਹੁਣ ਕੰਢਾ ਦਿਸਦਾ ਸੀ ਮਤਲਬ ਬਚ ਗਏ ਲੋਕ ਡੁੱਬਦਾ ਡੁੱਬਦਾ ਜਹਾਜ਼ ਪਾਣੀ 'ਤੇ ਤੈਰਨ ਲੱਗਾ ਏ ਦਿਵਸਬਤੀ ਤੇ ਪੀਰ ਵਿਚਾਰੇ ਚਲੋ ਅਬੈ ਜਹਿ ਸਹਿਜਾ ਚਾਰੇ ਜਦੋਂ ਦਿਨ ਬਤੀਤ ਹੋਇਆ ਪੀਰ ਜੀ ਨੇ ਸੋਚਿਆ ਵੀ ਚੱਲ ਮਨਾ ਆਰਾਮ ਕਰੀਏ ਜਾ ਕਿਸੇ ਜਾ ਇੰਨੇ ਸੋਹਣੇ ਮੁੰਡਾ ਤੂੰ ਤੇ ਅੱਜ ਭਲੀ ਦਾ ਕੰਮ ਕੀਤਾ ਮਨ 'ਚ ਇੱਕ ਖਿਆਲ ਕਿਉਂਕਿ ਆਪਾਂ ਵੀ ਨਾ ਜਦੋਂ ਕੋਈ ਚੰਗਾ ਕਰ ਦਿੰਦੇ ਹਾਂ ਕਿਸੇ ਦਾ ਕਿਸੇ ਦੀ ਹੈਲਪ ਕਰਦੀ ਸੀ ਬਹੁਤ ਖੁਸ਼ੀ ਹੋਈ ਖੁਸ਼ੀ ਹੋਣੀ ਬੜੀ ਵੱਡੀ ਗੱਲ ਹੈ ਪਰ ਹੰਕਾਰ ਹੋਣਾ ਵੀ ਮੈਂ ਹੀ ਮਦਦ ਕੀਤੀ ਮੈਂ ਹੀ ਖੜਿਆ ਸੀ ਮੇਰੇ ਬਿਨਾਂ ਹੋਣਾ ਹੀ ਨਹੀਂ ਸੀ ਇਹ ਤੋਂ ਵੱਡਾ ਪਾਪ ਹੋਈ ਇਹ ਪਾਪ ਹੈ ਸਾਨੂੰ ਨਹੀਂ ਪਤਾ ਲੱਗਦਾ ਪਾਪ ਹੁੰਦਾ ਕੀ ਇਹਨਾਂ ਚੀਜ਼ਾਂ ਨੂੰ ਪਾਪ ਕਹਿੰਦੇ ਆ ਕਹਿੰਦੇ ਪੀਰ ਜੀ ਜਹਾਜ਼ ਜਦੋਂ ਕੋਲੋਂ ਲੰਘ ਗਿਆ ਨਾ ਉਹਨਾਂ ਨੂੰ ਥੋੜ੍ਹਾ ਪਤਾ ਵੀ ਇਹਨੇ ਅਰਦਾਸ ਕੀਤੀ ਅਤੇ ਜਹਾਜ਼ ਡੁੱਬਣੋਂ ਬਚਿਆ
ਕਹਿੰਦੇ ਜਹਾਜ਼ ਪਰਲੇ ਬੰਨੇ ਜਾ ਲੱਗਾ, ਪੀਰ ਖੁਸ਼ ਬਹੁਤ ਨੇ, ਕਹਿੰਦੇ ਰੱਬ ਲੱਗਾ ਸੀ ਮਾਰਨ, ਮੈਂ ਬਚਾ ਲਿਆ, ਖੁਦ ਸਤਨਾਮ, ਉਹ ਮਰਦਾ ਸੀ ਮੈਂ ਬਚਾ ਲਿਆ। ਖਿਆਲ ਤੇ ਆਉਣਾ ਹੀ ਹੈ ਨਾ, ਸੁਭਾਅ ਅਰਦਾਸ ਪੂਰੀ ਹੋ ਗਈ, ਰੱਬ ਨੇ ਸੁਣ ਲਈ। ਡੁੱਬਦਾ ਜਹਾਜ਼ ਬੰਨੇ ਲੱਗਾ ਪੀਰ ਜੀ, ਜਿਸ ਵੇਲੇ ਉੱਠਣ ਲੱਗੇ ਨੇ ਸਮੁੰਦਰ ਦੇ ਕਿਨਾਰੇ ਤੋਂ, ਮਨ 'ਚ ਫਿਰ ਖਿਆਲ ਆਇਆ ਵੀ ਚੱਲ ਘੜੀ ਹੋਰ ਬਹਿ ਜਾ, ਉੱਥੇ ਵੀ ਜਾ ਕੇ ਸੌਣਾ ਹੀ ਹੈ, ਇਹੋ ਜਿਹਾ ਸਮਾਂ ਕਿੱਥੇ ਲੱਗ। ਦੇਖ ਕੁਦਰਤ, ਪਾਣੀ ਦੀਆਂ ਛੱਲਾਂ, ਠੰਡੀਆਂ ਹਵਾਵਾਂ, ਕਹਿੰਦੇ ਇਹ ਸੋਚ ਕੇ ਕੁਝ ਸਮਾਂ ਬੈਠੇ ਰਹੇ। ਸੋਵਣ ਹਰ ਸੁਕਿਤ ਤੇ ਆਵਹਿ, ਸੁਭ ਸਹਿਜ ਪਰ ਰਹਿਣ ਬਿਤਾਵਹਿ। ਪਰ ਮਨ ਵਿੱਚ ਇਹ ਬਿਰਤੀ ਚੱਲਦੀ ਹੈ, ਜੇ ਕੋਈ ਉਹਨਾਂ ਆਸਣਾ ਤੇ ਨਾ ਆਇਆ ਮਨਾ ਅੱਜ ਆਪਾਂ ਸੋਵਾਂਗੇ। ਪਰ ਨਹੀਂ ਸੀ ਪਤਾ ਵੀ ਉਹ ਘਰ ਕਿਸੇ ਦੇ ਸੀ, ਕਿਹਨਾਂ ਦੇ ਹੋਣਗੇ, ਰੱਬ ਦੇ ਪਿਆਰਿਆਂ ਦੀ ਹੋਣਗੇ, ਜੰਗਲਾਂ 'ਚ ਉਹਨਾਂ ਹੀ ਰਹਿਣਾ, ਜਿਸ ਟਾਪੂ 'ਤੇ ਕੋਈ ਆਉਂਦਾ ਨਹੀਂ, ਕੋਈ ਜਾਂਦਾ ਨਹੀਂ, ਇੱਥੇ ਕੋਈ ਭਗਤ ਜਾਨੀ ਰਹਿ ਸਕਦੇ, ਕੋਈ ਸਾਧਨ ਨਹੀਂ ਹੋਰਦੀ। ਪਰ ਇੱਥੇ ਪੀਰ ਸੋਚਦੇ ਆ, ਮੈਂ ਰਾਤ ਇੱਕ ਦੋ ਨਹੀਂ ਕਈ ਰਾਤਾਂ ਇੱਥੇ ਬਤੀਤ ਕਰਨੀਆਂ ਨੇ, ਜਦੋਂ ਤੱਕ ਜਹਾਜ਼ ਨਹੀਂ ਚੱਲਦਾ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਘੁੰਮਦੇ ਘੁੰਮਾਉਂਦੇ ਇੱਥੇ ਆ ਜਾਇਆ ਕਰਾਂ। ਮਨ 'ਚ ਖਿਆਲ ਆ ਗਿਆ, ਬਿਰਤ ਕਈ ਵਾਰ ਆਪਾਂ ਕਿਤੇ ਜਾਂਦੇ ਹਾਂ ਕਿਸੇ ਟੂਰ 'ਤੇ, ਟ੍ਰਿਪ 'ਤੇ, ਬੜੀ ਵਾਰ ਸੋਚੀਦਾ ਅਗਲੀ ਵਾਰ ਆਵਾਂਗੇ, ਉਹ ਤੋਂ ਅਗਲੀ ਵਾਰ ਆਹ ਕਰਾਂਗੇ, ਫਿਰ ਅਗਲੀ ਵਾਰ ਆਹ ਕਰਾਂਗੇ, ਬੰਦਾ ਖਿਆਲ ਕਰਦਾ। ਪੀਰ ਜੀ ਉੱਠਦੇ ਉੱਠਦੇ ਮਨ 'ਚ ਖਿਆਲ ਕਰਦੇ ਨੇ, ਜੇ ਇੱਥੇ ਮੇਰਾ ਚਿੱਤ ਵਧੀਆ ਲੱਗਿਆ ਨਾ, ਭਗਤੀ ਕਰਨ ਆਇਆ ਕਰਾਂਗੇ। ਦੋਹਰਾ ਗਇਓ ਪੀਰ ਦੇਖੈ ਕਹਾਂ, ਅਗਰਜ ਬੈਠੇ ਸੋਏ, ਏਕ ਸੰਤ ਕੇ ਨਿਕਟ ਤਬ ਬੈਠੋ ਦੀਨ ਸੋ ਹੋਏ। ਜਦੋਂ ਕਹਿੰਦੇ ਪੀਰ ਜੀ ਉੱਠ ਕੇ ਚੱਲ ਪਏ, ਪਹਿਲੇ ਮਕਾਨ 'ਚ ਵੜੇ ਜਿਹੜੇ ਖਾਲੀ ਪਏ ਸੀ, ਵੇਖਿਆ ਉੱਥੇ ਤਾਂ ਲੋਕ ਬੈਠੇ ਆ, ਲੋਕ ਵੀ ਕਿਹੜੇ, ਇੱਕ ਸਾਧੂ ਬੈਠੇ ਆ, ਨਾਲ ਉਹਨਾਂ ਦੇ ਸੇਵਕ ਬੈਠੇ, ਪਤਨੀ ਵਾਲੇ ਮੱਥਾ ਟੇਕ ਬਾਹਰ ਆ। ਕਹਿੰਦਾ ਮਨਾ ਆਹ ਬਿਸਤਰਾ ਵੀ ਗਿਆ, ਮੈਂ ਤਾਂ ਸੋਹਣਾ ਸੀ, ਕਿੱਥੋਂ ਆ ਗਏ, ਮੈਂ ਆਉਂਦੇ ਤਾਂ ਵੇਖੇ ਨਹੀਂ, ਕਿਤੇ ਦੂਜੇ ਘਰ ਵੜਿਆ, ਉੱਥੇ ਕਈ ਭਗਤੀ ਵਾਲੇ ਬੈਠੇ, ਮਤਲਬ ਦਿਲ ਵਿੱਚ ਹੈ ਨਹੀਂ ਸੀ, ਜਿਉਂ ਸੂਰਜ ਛਿਪਿਆ ਪਤਾ ਨਹੀਂ ਕਿੱਥੋਂ ਆਉਣ ਬੈਠੇ ਨੇ। ਚੋਪਏ ਕੁਦਰਤ ਕੀ ਆਹਾਰ ਤਿੰਨ ਆਇਓ, ਮਦਰ ਸਾਦ ਮਦ ਸਮ ਮਨ ਪਾਇਓ। ਇੱਕ ਘਰ ਦੇ ਵਿੱਚ ਇੱਕ ਆਸਣ ਵੇਲਾ ਪਿਆ ਸੀ, ਬਾਕੀ ਸਾਧੂ ਉੱਥੇ ਵੀ ਬੈਠੇ। ਪੀਰ ਜੀ ਦੇ ਮਨ 'ਚ ਆਇਆ ਮਨਾ ਇਕੱਲੇ ਨੂੰ ਤੇ ਘਰ ਨਹੀਂ ਮਿਲਣਾ, ਇੱਥੇ ਬਹਿ ਜਾ ਬਹਿ ਜਾ। ਕਹਿੰਦੇ ਬੈਠ ਕੇ ਚਮੜਾ ਲਾ ਕੇ, ਉਹਨਾਂ ਨੇ ਇਹਨੂੰ ਨਹੀਂ ਬੁਲਾਇਆ, ਇਹਨੇ ਉਹਨਾਂ ਨੂੰ ਨਹੀਂ ਬੁਲਾਇਆ, ਕਿਉਂਕਿ ਇਹ ਮੁਸਲਮਾਨ ਸੀ, ਉਹ ਕਿਸੇ ਹੋਰ ਧਰਮ ਨਾਲ ਜੁੜੇ ਸੀ, ਤਾਂ ਉਹ ਆਪਣੇ ਆਨੰਦ 'ਚ ਬੈਠੇ ਆ। ਸ਼ਾਮ ਦਾ ਵੇਲਾ ਹੋ ਗਿਆ, ਕਹਿੰਦੇ ਕੁਦਰਤ ਦੀ ਨੇਕ ਉਹ ਸਾਧੂ ਬੈਠੇ, ਉਹਨਾਂ ਨੇ ਹੁਕਮ ਕੀਤਾ, ਕਹਿੰਦੇ ਰੱਬਾ ਭੋਜਨ ਭੇਜ ਦੇ, ਰੋਟੀ ਭੇਜ, ਕਿਉਂਕਿ ਉਹ ਵਾਹਿਗੁਰੂ ਸਭ ਨੂੰ ਰਿਜਕ ਦਿੰਦਾ, ਸੈਲ ਪੱਥਰ ਮੈਂ ਜਾਣਦੀ ਉਹ ਪਾਏ ਤਾਤਾ ਰਿਜਕ ਆਗਿਆ ਕਰਦਾ। ਜਦੋਂ ਸਾਧੂ ਬੈਠੇ, ਕਹਿੰਦੇ ਉਹ ਕਰਾਮਾਤੀ ਸਾਧੂ ਸੀ, ਇਹ ਨਹੀਂ ਸੀ ਪਤਾ ਕੌਣ ਸੀ। ਪੀਰ ਜਲਾਲ ਦੇ ਸਾਹਮਣੇ ਬੈਠਿਆਂ ਬੈਠਿਆਂ ਉਹਨਾਂ ਅਰਸ਼ ਵੱਲ ਵੇਖਿਆ, ਕਹਿੰਦੇ ਥਾਲਾਂ ਦੇ ਥਾਲ ਭੋਜਨ ਦੇ ਆ ਗਏ, ਉਹਨਾਂ ਇਹਨੂੰ ਨਹੀਂ ਪੁੱਛਿਆ ਵੀ ਰੋਟੀ ਖਾ ਲਾ, ਆਪਸ 'ਚ ਕਹਿੰਦੇ ਬਾਈ ਭੋਜਨ ਕਰੋ। ਪੀਰ ਜੀ ਉਹਨਾਂ ਦੇ ਮੂੰਹ ਵੱਲ ਵੇਖੀ ਜਾਣ ਵੀ ਚੱਲ ਮਾੜੀ ਮੋਟੀ ਸੁਲਾਤੇ ਮਾਰਨਗੇ, ਉਹ ਸੀ ਸਾਡੇ ਵਾਲਾ ਕੰਮ ਵੀ ਕਿਸੇ ਦੇ ਸਾਹਮਣੇ ਬਹਿ ਕੇ ਖਾਓ, ਪਰ ਪੁੱਛਿਓ ਨਾ, ਇਹ ਖੇਡ ਆ ਰੱਬ ਦੀ ਵਰਤ ਲਈ, ਵਰਗੇ ਸਾਧੂ ਐਸੇ ਨਹੀਂ ਹੁੰਦੇ। ਸਾਧੂ ਤੇ ਗੁਰਸਿੱਖਾਂ ਦਾ ਸੁਭਾਅ ਹੁੰਦਾ ਹੈ, ਜੇ ਤੁਹਾਡੇ ਸ਼ਕਦਿਆਂ ਕੋਈ ਆ ਗਿਆ ਤੇ ਕਿਸੇ ਨੂੰ ਛਕਾਉਣਾ ਹੈ, ਕਿਸੇ ਦੇ ਸਾਹਮਣੇ ਬਹਿ ਕੇ ਇਕੱਲਿਆਂ ਨਹੀਂ ਖਾਣਾ, ਇਹ ਮਨਮੁੱਖ ਬੰਦੇ ਦੀ ਵਿਰਦੀ ਹੈ। ਮਨਮੁੱਖ ਪ੍ਰਾਣੀ ਦੂਜੇ ਦੇ ਸਾਹਮਣੇ ਬਹਿ ਕੇ ਖਾ ਸਕਦਾ, ਪਰ ਕਦੇ ਸੁਲਾ ਵੀ ਨਹੀਂ ਮਾਰ ਸਕਦਾ, ਵੀ ਛਕੋਗੇ ਜੀ, ਇਹ ਕਿਹਨਾਂ ਦੇ ਹਿੱਸੇ ਹੈ, ਰੱਬ ਦੇ ਪਿਆਰਿਆਂ ਦੇ ਹਿੱਸੇ, ਬੰਦਗੀ ਵਾਲਿਆਂ ਦੇ, ਭਾਵੇਂ ਸੁੱਕੀ ਰੋਟੀ ਖਾਂਦੇ ਹੋਣ ਫਿਰ ਵੀ ਪੁੱਛਦੇ, ਕਹਿੰਦੇ ਪ੍ਰਸ਼ਾਦਾ ਛਕ ਲਓ, ਬੈਠੋ, ਚਾਹ ਪੀ ਲਓ, ਦੁੱਧ ਛਕ ਲਓ, ਉਹਨੂੰ ਪੁੱਛਣਾ। ਪਰ ਮਨਮੁੱਖ ਤੇ ਹੰਕਾਰੀ ਪੁਰਸ਼ ਕਦੇ ਵੀ ਕਿਸੇ ਨੂੰ ਪੁੱਛ ਨਹੀਂ ਸਕਦੇ,
ਸੁਭਾਵਿਕ ਹੈ। ਹੁਣ ਇਹਦੇ ਅੰਦਰ ਇੱਕ ਹੰਕਾਰ ਆਇਆ ਸੀ, ਇਹਨੂੰ ਸਾਧੂ ਵੀ ਉਹੋ ਜਿਹੇ ਟੱਕਰਗੇ। ਦੇਖੋ ਰੱਬ ਦੀਆਂ ਖੇਡਾਂ। ਪੀਰ ਜਲਾਲ ਇਹ ਸੋਚਦਾ ਸੀ ਕਿ ਖੁਸ਼ਬੂ ਤੇ ਮਹਿਕ ਆਉਂਦੀ ਹੈ, ਚਲੋ ਰੋਟੀ ਪੁੱਛ ਲੈਣਗੇ, ਇੱਕ ਦਾ ਫੁਲਕਾ ਤੇ ਇੱਕ ਦਾ ਫਲ ਮੈਨੂੰ ਵੀ ਪ੍ਰਾਪਤ ਹੋਵੇਗਾ। ਬਿਨ ਭੋਜਨ ਇਹ ਬੈਸੋ ਜਹਾਂ, ਤਹਿਂ ਸੋ ਸੰਤ ਤੇ ਐਸੋ ਕਹਾਂ। ਉੱਥੇ ਸੰਤ ਬੈਠੇ ਸੀ ਬਹੁਤ, ਰੱਬ ਦੇ ਪਿਆਰੇ ਬੇਪਰਵਾਹ, ਕਹਿੰਦੇ ਕਿੰਨੀ ਦੇਰ ਭਗਤੀ ਕਰਦੇ ਨੇ, ਸਾਹਮਣੇ ਭੋਜਨ ਦੇ ਥਾਲ ਪਏ ਨੇ, ਉਹਨਾਂ ਨੂੰ ਕੋਈ ਲਾਲਚ ਨਹੀਂ ਭੋਜਨ ਦਾ ਵੀ ਆ ਗਿਆ ਤੇ ਛੇਤੀ ਛੇਤੀ ਨਿਬੇੜ ਦੀ। ਪਰ ਪੀਰ ਜਲਾਲ ਦੀਆਂ ਤੇ ਲਾਲਾਂ ਡਿੱਗਦੀਆਂ ਵੀ ਜੇ ਕਿਤੇ ਮੈਨੂੰ ਥਾਲ ਭੁੱਖ ਲੱਗੀ ਨਾ, ਧਿਆਨ ਹੀ ਉੱਧਰ ਸੀ। ਉਹ ਵਿਚਾਰੇ ਬੈਠੇ ਰਹੇ ਵੀ ਚਲੋ ਸਾਡੇ ਥਾਲ ਆ ਗਏ, ਸਾਧੂ ਦੇ ਵੀ ਆ ਜਾਣਗੇ। ਭਗਤੀ ਵਾਲਾ ਵੀ ਪੀਰ ਬੈਠਾ, ਉਹਨਾਂ ਨਫ਼ਰਤ ਨਹੀਂ ਕੀਤੀ ਇਹਦੇ ਨਾਲ। ਪਰ ਪੀਰ ਜਲਾਲ ਨੂੰ ਨਾ ਕੋਈ ਥਾਲ, ਨਾ ਕੋਈ ਰੋਟੀ, ਨਾ ਕੋਈ ਪਾਣੀ। ਏਦਾਂ ਵਕਤ ਬਤੀਤ ਹੁੰਦਾ ਗਿਆ। ਤੁਮਕੋ ਭੋਜਨ ਕਿਉਂ ਆਇਓ, ਇਉਂ ਕਹਿ ਢਿੱਗ ਸੋ ਮਹੰਤ ਸਦਾਇਓ। ਕੋਲ ਬੈਠਾ ਸਾਧੂ ਥੋੜ੍ਹੀ ਦੇਰ ਬਾਅਦ ਪੁੱਛਦਾ, ਕਹਿੰਦਾ ਪੀਰ ਫਕੀਰ ਜੀ, ਸਾਡਾ ਸਾਰਿਆਂ ਦਾ ਭੋਜਨ ਆ ਗਿਆ, ਤੁਹਾਡਾ ਕਿਉਂ ਨਹੀਂ ਆਇਆ? ਭਾਈ ਬਾਲਾ ਜੀ ਦੀ ਜਨਮ ਸਾਖੀ ਅਤੇ ਬਾਕੀ ਪ੍ਰਸੰਗਾਂ ਦੇ ਵਿੱਚ ਵੀ ਇਹੋ ਮਿਲਦਾ ਵੀ ਭੋਜਨ ਅਰਸ਼ ਬੁਲਾਉਂਦਾ ਰਿਹਾ, ਇਹ ਕੋਈ ਵੱਡੀਆਂ ਗੱਲਾਂ ਨਹੀਂ। ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹ ਲਓ, ਹੋਰ ਬੜੇ ਇਤਿਹਾਸ ਨੇ ਜਦੋਂ ਕਿ ਵਰਤਾਰੇ ਵਰਤਦੇ ਗਏ, ਹੁਣ ਕਿਉਂ ਨਹੀਂ ਵਰਤਦੇ? ਹੁਣ ਜ਼ਮਾਨਾ ਹੀ ਹੋ ਜਾਣਾ। ਹੁਣ ਦੁਨੀਆ ਧਰਮਾਂ ਤੋਂ ਲੈ ਕੇ ਚੋਰ ਤੱਕ ਸਾਰੇ ਠੱਗੀਆਂ 'ਤੇ ਖੜ੍ਹੇ ਆ। ਹਰ ਕੋਈ ਸੋਚਦਾ ਮੇਰਾ ਕੁਝ ਬਣ ਜੇ, ਮੇਰਾ ਹੀ ਬਣ ਜੇ ਬਸ। ਭਗਤੀ ਹੈ ਨਹੀਂ, ਤਿਆਗ ਹੈ ਨਹੀਂ, ਵੋ ਮਾਇਆ 'ਚ ਸਾਰੀ ਦੁਨੀਆ ਗਲਤਾਨ ਹੈ। ਇਹੋ ਜਿਹੇ ਵਰਤਾਰੇ ਕਿੱਥੋਂ ਵਰਤਣਗੇ? ਅੱਜ ਵੀ ਉਹਨਾਂ ਨਾਲ ਵਰਤਦੇ ਆ ਜਿਹਨਾਂ ਨੇ ਵੋ ਮਾਇਆ ਤਿਆਗ, ਰੱਬ ਨੂੰ ਆਪਣਾ ਸੱਜਣ ਬਣਾਇਆ। ਉਹ ਸੰਤ ਪੁੱਛਦਾ ਪੀਰ ਜਲਾਲ ਨੂੰ, ਕਹਿੰਦੇ ਤੁਹਾਡਾ ਥਾਲ ਨਹੀਂ ਆਇਆ, ਤੁਹਾਡੀ ਰੋਟੀ ਕਿਉਂ ਨਹੀਂ ਆਈ? ਪਰਮਾਤਮਾ ਤੇ ਪੱਥਰ ਦੇ ਕੀੜਿਆਂ ਨੂੰ ਵੀ ਦਿੰਦਾ, ਤੁਹਾਡਾ ਕਿਉਂ ਨਹੀਂ ਭੋਜਨ ਪਹੁੰਚਿਆ? ਕਹਿੰਦੇ ਪੀਰ ਨਾਲ ਉਹਨਾਂ ਦੇ ਮੂੰਹ ਵੱਲ ਵੇਖੀ ਜਾਏ ਤਰਸਦੀਆਂ ਨਜ਼ਰਾਂ ਨਾਲ, ਮੈਂ ਕੀ ਕਰਾਂ? ਉਹਨੂੰ ਤੇ ਆਪ ਸਮਝ ਨਹੀਂ ਆਉਂਦੀ ਵੀ ਜਿੱਥੇ ਰੱਬ ਨੇ ਆਪਣੇ ਇੰਨੇ ਭਗਤਾਂ ਦਾ ਭੋਜਨ ਭੇਜਿਆ ਤੇ ਮੈਨੂੰ ਕਿਉਂ ਬਾਹਰ ਕੱਢਦਾ ਰਹੇ, ਮੈਨੂੰ ਕਿਉਂ ਨਹੀਂ? ਸੁਭਾਵਿਕ ਗੱਲ ਹੈ, ਤੁਸੀਂ ਚਾਰ ਜਣੇ ਬੈਠੇ ਹੋ ਕਿਤੇ, ਚਾਹੇ ਲੰਗਰ ਵਿੱਚ, ਚਾਹੇ ਹੋਟਲ ਵਿੱਚ, ਚਾਹੇ ਕਿਤੇ ਵੀ, ਜਾਣਦੇ ਤੁਸੀਂ ਸਾਰਿਆਂ ਨੂੰ, ਤੁਹਾਡੇ ਨਾਲ ਦਿਆਂ ਨੂੰ ਰੋਟੀ ਮਿਲ ਜੇ ਤੇ ਤੁਹਾਨੂੰ ਨਾ ਮਿਲੇ, ਮਰਨ ਹੋ ਜਾਂਦਾ ਬੰਦੇ, ਬੈਡ ਫੀਲ ਕਰਦਾ ਬੰਦਾ। ਕਹਿੰਦੇ ਪੀਰ ਜਲਾਲ ਨਜ਼ਰਾਂ ਨੀਵੀਆਂ ਕਰਕੇ ਬੈਠਾ ਸੋਚਦਾ ਹੈ, ਕਹਿੰਦਾ ਯਾਰ ਰੱਬ ਬਿਹਤਰ ਹੀ ਕਿਸੇ ਨਾਲ ਹੋ ਸਕਦਾ, ਉਹ ਬਿਹਤਰ ਹੀ ਹੈ। ਲੱਗਦਾ ਉਹ ਵੀ ਧਰਮਾਂ ਦਾ ਫਰਕ ਰੱਖਦਾ, ਇਹਨਾਂ ਨੂੰ ਥਾਲ ਆ ਗਏ, ਮੈਨੂੰ ਆਇਆ ਨਹੀਂ। ਕਹਿੰਦੇ ਕੋਲੋਂ ਉੱਠੇ ਸੰਤ ਰੋਟੀ ਛੱਡ ਕੇ, ਉਹ ਆਪਣੇ ਮਹੰਤ ਕੋਲ ਚਲੇ ਗਏ ਜਿਹੜਾ ਉਹਨਾਂ ਦਾ ਮੁਖੀਆ ਸੀ ਵੱਡਾ ਸਾਧੂ, ਉਹਨੂੰ ਆ ਕੇ ਮੱਥਾ ਟੇਕਦੇ ਨੇ। ਕਹਿਓ ਜਾਏ ਤਿੰਨ ਹਮਰੇ ਤੀਰ, ਬੈਠਿਓ ਆਏ ਸੋ ਏਕ ਫਕੀਰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਕਥਾ ਵੇਖ ਰਹੇ ਆ ਤੇ ਭਾਈ ਬਾਲਾ ਜੀ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਸੁਣਾ ਰਹੇ ਨੇ। ਮਹੰਤ ਨੂੰ ਆ ਕੇ ਕਹਿੰਦੇ ਵੇਖੋ, ਕਹਿੰਦੇ ਮਹਾਂਪੁਰਖੋ ਇੱਕ ਗੱਲ ਸਮਝ ਨਹੀਂ ਆਈ, ਸਾਡੇ ਕੋਲ ਨਾ ਇੱਕ ਫਕੀਰ ਆਇਆ ਅਜਨਬੀ ਹੈ, ਉਹ ਵੀ ਭਗਤੀ ਵਾਲਾ, ਉਹਨਾਂ ਅੰਦਰ ਨਫ਼ਰਤ ਨਹੀਂ ਹੈ ਵੀ ਉਹ ਤੇ ਅੱਲਾ ਨੂੰ ਚੇਤੇ ਕਰਦਾ ਸੀ, ਰੱਬ ਰੱਬ ਕਰਦੇ, ਉਹ ਕਾਹਦੇ ਸੰਤ ਰੱਬ ਦੇ ਪਿਆਰੇ ਜਿਹਨਾਂ ਅੰਦਰ ਵੈਰ ਵਿਰੋਧ ਨਹੀਂ ਸੀ ਕੋਈ। ਆਪਣੇ ਮਹੰਤ ਨੂੰ ਆ ਕੇ ਦੱਸਦੇ, ਕਹਿੰਦੇ ਜੀ ਸਾਨੂੰ ਸਾਰਿਆਂ ਨੂੰ ਰੋਟੀ ਤੇ ਭੋਜਨ ਮਿਲ ਗਿਆ, ਉਹਨੂੰ ਵਿਚਾਰੇ ਨੂੰ ਨਹੀਂ ਮਿਲਿਆ, ਕੀ ਕਾਰਨ? ਝਾਤ ਮਾਰ ਕੇ ਵੇਖਿਓ ਵੀ ਪੀਰ ਜੀ ਦਾ ਭੋਜਨ ਦਾ ਥਾਲ ਇੱਥੇ ਆਇਆ ਕਿਉਂ ਨਹੀਂ? ਇਹ ਆਹਾਰਨ ਆਇਓ ਸਵਾਮੀ, ਤਿਸ ਬਿਨੇ ਹਮ ਕੋ ਖਾਵਨ ਖਾਮੀ। ਮਹੰਤ ਜੀ, ਪੀਰ ਜੀ ਸਾਨੂੰ ਸਮਝ ਨਹੀਂ, ਸਵਾਮੀ ਕੀ ਦੱਸੋ? ਸਵਾਮੀ ਕਹਿੰਦੇ ਇੱਥੇ ਬਹਿ ਕੇ ਤੁਸੀਂ ਵੀ ਭੋਜਨ ਛੱਕ ਲਓ, ਤੁਸੀਂ ਕੀ ਲੈਣਾ? ਖੋ ਸਤਨਾਮ, ਇਹ ਜਿਹੜਾ ਮਹੰਤ ਸਾਧੂ ਸੀ ਇਹ ਰੱਬੀ ਰੂਹਾਂ ਨਾਲ ਜੁੜਿਆ ਸੀ, ਸਭ ਦੇਖ ਰਿਹਾ ਸੀ ਕੀ ਹੋ ਰਿਹਾ। ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਸ਼ੰਕਾ ਨਾ ਕਰੋ, ਵਾਹਿਗੁਰੂ ਜੋ ਕਰਦਾ ਹੁੰਦਾ ਹੈ ਚੰਗਾ ਹੀ ਕਰਦਾ ਹੁੰਦਾ। ਖੋ ਸਤਨਾਮ, ਅਸੀਂ ਕਈ ਵਾਰ ਵੇਖ ਲੈਂਦੇ ਹਾਂ ਨਾ, ਵੇਖ ਰੱਬ ਨੇ
हाँ टब्बर ते किन्ना कहर ढाया, इहदी मां भी नहीं प्यो भी नहीं, बच्चा किन्ना दुखी है, ये ना भुलिया। किसी का दुख वेख रब नूं ना भुलिया तो की पता उस बंदे ने किन्ने पाप कीते होणगे भुगत रहे। असी कड्डा वड्डा पाप कर लिया, असी किसे ते तरस कीता, सानूं करना चाहिए जो हो सके करना चाहिए, कदे भी मनुख नूं ते सिख नूं वाहिगुरु रब नूं पुछना नहीं चाहिए वीर बा तू ये की करता। कई बार किसा धी पुत जवान चलिया जाता उत्थे लोग कहिंदे कि रब ने कह दिया, तू लोकां सिर किड्डा भार है किड्डा पाप है। अज सुन लिओ ये गल्लां असीं जाणे अणजाणे विच करदे आ, सानूं इहनां दा पता ही नहीं हुंदा इहनां दा भाव कित्थे जा रहे। साधु आखन लगे कहते मंत जी स्वामी जी उस पीर नूं रोटी नहीं मिली सानूं बड़ा दुख है, चित करदा रोटी दे दईए। साधु कहता पापा दे भागी ना बने हो आप सतनाम, जिहनूं रब ने भुखा रखिया ते तू कौनों मर जाण वाला होवे, तू कौन समझ रहे हो जी गल कड्डी है। जे भोजन देना हुंदा ते परमात्मा दे ही दिंदा, जिहनूं रब ने गरीबी दित्ती तू अमीर कित्थों बना सकदा, बनाएगा तेनू गरीब कर दू जा तेरी माया का नजायज फायदा जो बर्बादी कर दू, वो की कर सकता है। जिथे रब रखता है बंदे नू उथे रहना चाहिए, उदी रजा ते रहना चाहिए। भाई रे ज्यो रखे त्यो रहे, जिवें सतगुरु प्यारा सज्जन रखता है मनुख नू उवे ही ज्योना चाहिए। महंत जी आखन लगे कहिंदे तुसी ओह किवें नहीं, जद उहदे कर्मां च ही है नहीं तू क्यों देगा। कहते ठीक है जी पर महंत जी सानू ना दुख लगता है भी कोई शख्स साडे कोल बैठा भुखा है असी रज के खाई। कहते नहीं तुहाडे कर्मा दा भोजन तुहाडे कोल आ गया है, उहनू कुछ भी देना नहीं। निर्जिया इस को फरमायो खाण हेत तेहे असन पहुंचाओ। कहते फिर वो अगो स्वामी नू बेनती करते हैं कहते बाबा जी फिर इदा करो तुसी अरदास कर दो रब अगे रोटी आ जी, क्योंकि चेले जानते भी साडा गुरु है जिहड़ा ना इह सिद्धी दा दंदा जुड़ी, क्योंकि रब कदे भी अपने प्यारियां दी गल नहीं बोलता कदे, बशर्त रब दे प्यारे विच सूक्ष्म होवे ना हो, बाहरी होवे नहीं सूक्ष्म होवे, भी ख्याल विच भी ना आवे भी रब मेरा खास आ ते मेरी सुणदा ख्याल च कड्डी बरीक गल होगी। कहिंदे स्वाती दी अरदास करो रब अगे बेनती करो, वो महापुरख बेचारे पता नहीं कितों आए होने पीर जी भुके प्यासे बैठे एक थाल उन्होंने भी लग जाए, स्वामी टुट के पै गए कहते मैं क्यों करा मैनू की लोड़, वो जाने उदाहरण जाने असी क्यों बेचाइए धक्के धक्के नाल भी किसी का भला नहीं करीदा। सतनाम भला की दा करना जिहड़ा जरूरतमंद है लोड़ बंद है जो अपने दिल तो कहता है। तुसी बेवजह किसे दा बहुत ज्यादा करो, एक दिन अंगूठा बिठा के जाके कहिंदा हाँ तू की हो गया सी किसे दा साडा घर बोलदा, पर इत्थे स्वामी जिहड़ा सी साधु सी उहने जवाब दिता है कहिंदा नहीं मैं नहीं अरदास कर सकदा। भाई रिजक देण वाला वाहिगुरू है उहनू दसणा नहीं पैंदा, सब दे दिलां दीआं जाणदा ए। बोल्यो तब जीव चर चर तार सबके पत करतार है देत सगल आहार। महंत जी अपने सेवकां नूं उपदेश दे रहे ने उस वेले कहिंदे अकाल पुरख परमात्मा सारिआं दा दाता है, चर अचर चर चलण वाले अचर ना चलण वाले, पत्थरां दे रहण वाले पानियां दे समुद्रां दे थले रहण वाले जीव जंतु सब दा उहने भोजन कीता, सब नूं मिलदा जीआ का आहार जी खाणा होकर। जंगलां दे जानवर एक दूजे नूं खा रहे उहनां दी गिणती नहीं घटदी कदे, उहने सिस्टम चलाया सर्कल चलाया, वड्डियां मच्छियां छोटियां नूं खा रहियां ने समुद्रां च चल रहे आ, कुदरत रिसाइकल होई जा रही चली जा रही है। साधु आखन लगे कहते वह वाहिगुरु परमात्मा कदे किसी ना अन्या नहीं करता,
ਰੱਬ ਨਹੀਂ ਕਿਸੇ ਨੂੰ ਭੁੱਖਾ ਮਾਰਦਾ ਮਤ ਕੋਈ ਭੁਲੇਖਾ ਰੱਖਿਆ ਕੋ ਸਤਨਾਮ ਰੱਬ ਨਹੀਂ ਮਾਰਦਾ ਬੰਦੇ ਨੂੰ ਬੰਦੇ ਦੇ ਕਰਮ ਮਾਰਦੇ ਨੇ ਜੀ ਇਹ ਗੱਲ ਬਹੁਤ ਗਹਿਰੀ ਸੁਣਾ ਰਹੇ ਨੇ ਮਾਤ ਕਹਿੰਦੇ ਜਦ ਰੱਬ ਨੇ ਸਭ ਨੂੰ ਰੋਜੀ ਰਿਜਕ ਦਿੱਤਾ ਉਹ ਕਦੇ ਭੁੱਲਦਾ ਨਹੀਂ ਤੇ ਮੈਂ ਅਰਦਾਸ ਕਰਕੇ ਉਹਨੂੰ ਯਾਦ ਕਰਾਉਣ ਵਾਲਾ ਕੌਣ ਹੁੰਦਾ ਰੋਟੀ ਦਿੱਤੀ ਤੂੰ ਭੋਜਨ ਭੇਜ ਕੀ ਪਤਾ ਹੈ ਉਹਨੇ ਕਿਹੜੀ ਗੱਲ ਕਰਕੇ ਭੋਜਨ ਰੋਕਿਆ ਹੋਵੇ ਸਦਾ ਭੂਲ ਜਾਣੀਏ ਸੋਲੂ ਇਸਕੇ ਬਿਖੇ ਅਬ ਗਿਆ ਕੋ ਸੰਤ ਜੀ ਆਖਣ ਲੱਗੇ ਕਹਿੰਦੇ ਗੱਲ ਕੋਈ ਛੋਟੀ ਵੱਡੀ ਨਹੀਂ ਉਸ ਪੀਰ ਫਕੀਰ ਸਾਧੂ ਨੇ ਕੋਈ ਰੱਬ ਦੀ ਬਹੁਤ ਵੱਡੀ ਅਵਗਿਆ ਕੀਤੀ ਹੋਣੀ ਕੋਈ ਬਹੁਤ ਵੱਡਾ ਪਾਪ ਕੀਤਾ ਹੋਣਾ ਉਹ ਮਾੜੀ ਮੋਟੀ ਗੱਲ ਤੇ ਰੱਬ ਕਿਸੇ ਦੀ ਰੁਚੀ ਬੰਦ ਨਹੀਂ ਕਰਦਾ ਬਹੁਤ ਵੱਡਾ ਅਪਰਾਧ ਕੀਤਾ ਬਹੁਤ ਵੱਡਾ ਜਦੋਂ ਇਹ ਬਚਨ ਆਖਿਆ ਨਾ ਉਹ ਫਿਰ ਕਹਿੰਦੇ ਕਹਿੰਦੇ ਤੁਸੀਂ ਤਰਸ ਕਰੋ ਅਤੇ ਸਾਧੂ ਕਹਿੰਦੇ ਜੇ ਭਾਈ ਉਹਦਾ ਪਾਪ ਤੁਸੀਂ ਵਡਾ ਸਕਦੇ ਹੋ ਫਿਰ ਇਕੱਠੇ ਹੋ ਕੇ ਅਰਦਾਸ ਕਰਦੇ ਹੋ ਆਖੋ ਸਤਨਾਮ ਜੇ ਤੁਸੀਂ ਮੋਢੇ ਆ ਕੇ ਚੁੱਕ ਸਕਦੇ ਚੁੱਪ ਹੋ ਮਹੰਤ ਜੀ ਨੇ ਸੌ ਦੀ ਇੱਕ ਸੁਣਾ ਦਿੱਤੀ ਵੀ ਕਿਸੇ ਦਾ ਭਾਰ ਅਸੀਂ ਆਪਣੇ ਮੋਢੇ ਨਹੀਂ ਲੈ ਸਕਦੇ ਜੇ ਉਹਨੇ ਕੋਈ ਗੁਨਾਹ ਇੱਦਾਂ ਦਾ ਕੀਤਾ ਹੋਣਾ ਜਿਹਨੂੰ ਰੱਬ ਨੇ ਰੋਟੀ ਨਹੀਂ ਦਿੱਤੀ ਅਸੀਂ ਦੇਣ ਵਾਲੇ ਕੌਣ ਹੁੰਦੇ ਹਾਂ ਉਹ ਚਿੰਤਾ ਤੂੰ ਮਨ ਮੇ ਖਾਨੇ ਦੇਨ ਹਰ ਕੋ ਨਹੀਂ ਅਣਜਾਨੇ ਭਾਈ ਤੁਸੀਂ ਚਿੰਤਾ ਨਾ ਕਰੋ ਕਹਿੰਦੇ ਸਾਨੂੰ ਹੋ ਰਹੀ ਹੈ ਸਾਧੂ ਕਹਿੰਦੇ ਬਾਈ ਦੇਣ ਵਾਲੇ ਨੂੰ ਚਿੰਤਾ ਨਾਨਕ ਚਿੰਤਾ ਮਤ ਕਰੋ ਚਿੰਤਾ ਇਸ ਹੀ ਹੈ ਜਲ ਮੈਂ ਜਾਣਤੇ ਉਪਾਏ ਕਹਿ ਤਿੰਨਾ ਵੀ ਰੋਜੀ ਦੇ ਗੁਰੂ ਨਾਨਕ ਸਾਹਿਬ ਕਹਿੰਦੇ ਚਿੰਤਾ ਕਿਉਂ ਕਰਦਾ ਉਹਨੇ ਪਾਣੀ ਦੇ ਜੀਵ ਬਣਾ ਕੇ ਉਹਨਾਂ ਨੂੰ ਵੀ ਰੋਜੀ ਦਿੱਤੀ ਆ ਪੱਥਰਾਂ ਦੇ ਕੀੜਿਆਂ ਨੂੰ ਵੀ ਦਿੱਤੀ ਧਰਤੀ ਦੇ ਥੱਲੇ ਰਹਿਣ ਵਾਲੇ ਹਜ਼ਾਰਾਂ ਫੁੱਟ ਮਿੱਟੀ ਪੱਟੀਏ ਜੀਵ ਜੰਤੂ ਥੱਲੇ ਰਹਿ ਰਹੇ ਉਹਨਾਂ ਨੂੰ ਵੀ ਰੋਜੀ ਦੇ ਰਿਹਾ ਕਹਿੰਦੇ ਜੇ ਧਰਤੀ ਤੇ ਤੁਰੇ ਫਿਰਦੇ ਪੀਰ ਨੂੰ ਨਹੀਂ ਮਿਲੀ ਤੀ ਉਹ ਚ ਉਹਦਾ ਹੀ ਕਸੂਰ ਹੋਣਾ ਸਤਨਾਮ ਤੁਸੀਂ ਚਿੰਤਾ ਨਾ ਕਰੋ ਚਿੰਤਾ ਉੱਥੇ ਕਰੇਗੀ ਜਿੱਥੇ ਮਾਲਕ ਕਮਜ਼ੋਰ ਹੋਵੇ ਜਿੱਥੇ ਮਾਲਕ ਡਾਢਾ ਨਿਸ਼ਚਿੰਤ ਰਹੋ ਆਪਣਾ ਭੋਜਨ ਛਕੋ ਅਤੇ ਆਰਾਮ ਕਰੋ ਸਮਾਂ ਸਮਾਪਤ ਹੈ ਜਿਵੇਂ ਜਿਵੇਂ ਸਾਹਿਬ ਕਿਰਪਾ ਕਰਨਗੇ ਆਉਣ ਵਾਲੇ ਦਿਨਾਂ ਵਿੱਚ ਇਹ ਪਾਵਨ ਕਥਾ ਬੜੀ ਗਹਿਰੀ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੇ ਸਿੱਖ ਸਕੀਏ ਤਾਂ ਜੇ ਇੰਨੀ ਕੁ ਗੱਲ ਵੀ ਪੱਲੇ ਪੈ ਗਈ ਨਾ ਸਾਰੀ ਕਥਾ ਨਾ ਪੱਲੇ ਪਾਓ ਜੇ ਆਹ ਪੈ ਗਈ ਨਾ ਜਿਹੜਾ ਪ੍ਰਸੰਗ ਅੱਜ ਜਾਣਾ ਕੁਲਾਂਕਾਰ ਰਹੀ ਹੈ ਸਮਝ ਆ ਤੂੰ ਰੱਬ ਤੇ ਰੱਬ ਦੇ ਪਿਆਰੇ ਕੀ ਹੁੰਦੇ ਆ ਪਾਤਸ਼ਾਹ ਦੀ ਕਿਰਪਾ ਨਾਲ ਕੱਲ੍ਹ ਆਨੰਦ ਮਾਣਾਂਗੇ ਵਾਹਿਗੁਰੂ ਵਾਹਿਗੁਰੂ।